कहानी एक ऐसी कुड़ी दी जिन्हों एक जिंदगी दे विच दो परिवारों का प्यार मिलिया, इन्हें दो परिवारों नू अपना प्यार दिता। मैं छोटी हुंदी तों ही मैनू पता सी हुंदा सी, पर मैं तो बोलिया नहीं जांदा सी। जदों मैं बोलन लगी मैं अपने दादा जी नू दस्या कि मेरा पिंड अलाला है, धूरी कोल साडे पिंड दे कोल ही रेल गड्डी निकलदी आ। मेरा दादा समझ गया कि रेल गड्डी दा अलाला कोल दी निकलदी आ, तां फिर भी मेरी किसी ने गल ना मन्नी। ਜਦੋਂ ਮੂਲੋਵਾਲ ਪਿੰਡ ਦੇ ਮੂਲੋਵਾਲ ਅੱਡੇ ਦੇ ਵਿੱਚੋਂ ਅਲਾਲਾ 'ਚ ਐਂਟਰ ਕਰਦੇ ਹਾਂ, ਮੈਂ ਇਹਨੂੰ ਉੱਥੇ ਲਿਆ ਕੇ ਚੌਂਕ ਉਤਾਰਤਾ ਇਹਨੂੰ ਉੱਥੇ। ਹਾਂ, ਇਹਨੂੰ ਮੈਂ ਕਿਹਾ ਵੀ ਤੂੰ ਜੇ ਜਾਣਾ ਗਾ ਤੂੰ ਆਪਦਾ ਤੁਰ ਕੇ ਵਗ ਜਾ, ਮੈਂ ਨਹੀਂ ਜਾਣਾ। ਇਹਦੀ ਮੰਮੀ ਜਾਂਦ ਨੂੰ ਬੈਠੀ ਸੀ, ਉਹਨੇ ਨੇ ਜੱਫੀ ਜੁੱਫੀ ਪਾ ਲਈ, ਐਂ ਪਿੱਛੇ ਨੂੰ ਜਾ ਕੇ ਮੈਂ ਦੇਖੀ ਗਿਆ ਸਾਰਾ ਕੁਛ। ਉਹ ਕਹਿੰਦੀ ਤੂੰ ਕੌਣ? ਕਹਿੰਦੀ ਮੈਂ ਸੋਮਾ। ਉਹ ਕਹਿੰਦੀ ਸੋਮਾ ਸਾਡੀ ਮਰ ਗਈ ਸੀ। ਕਹਿੰਦੀ ਨਹੀਂ, ਮੈਂ ਸੋਮਾ ਹੀ ਹਾਂ ਤੇਰੀ। ਕਾਪੀ ਡਿੱਗ ਗਈ ਸੀ ਮੇਰੀ ਫਰੈਂਡ ਦੀ, ਮਤਲਬ ਕਿ ਮੈਂ ਅੱਗੇ ਚੱਕਣ ਚਲੀ ਗਈ, ਉਦੋਂ ਮੇਰਾ ਸੈਂਡਲ ਨਿਕਲ ਗਿਆ, ਉਦੋਂ ਮੇਰੇ ਉੱਤੋਂ ਦੀ ਬੱਸ ਨਿਕਲ ਗਈ ਸੀ, ਬੱਸ ਵਾਲੇ ਨੇ ਮੈਨੂੰ ਦੇਖ। मैं एक बार कैमरामैन को कहूंगा कि एक बार क्लोज करके जरूर दिखा कि एक इधर नाम की है पुत्र, ते कौन? मैं ही है। फिर जो परिवार उतो आया जी थोड़ा दसा गया काली लीडर मुंडा, वो घर स्कूल जान लगी डोल रख के गई सी भी मेरा लस्सी पा के रख दो कि मैं स्कूल आके लस्सी लेके जाऊंगी। जिस दिन डैथ होनी है, डैथ होनी जो इतने आए सी कली वो नहीं, अभी काफी पिंड के लोग सी नाल, इन्हें वो तो डोलू मंगे। वो कहती तेरा मम्मी लैके डोलू दें। एक होर दादा जी ये ना जो ये पहला जन्म से ये गिलास मारा जी सर चेते, ये अजे भी दाग आ। जिंदगी दे रुझे मियां चो लंघ करके एक नवे सफर की शुरुआत, तुहाडे प्यार ते तुहाडे साथ नाल करन जा रहे हैं कोरे कागज़ दा आगाज़। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਹਰਵਿੰਦਰ ਸਿੰਘ ਅਤੇ ਅੱਜ ਕੋਰੇ ਕਾਗਜ਼ ਦੇ ਉੱਤੇ ਪਹਿਲੀ ਕਹਾਣੀ ਤੁਹਾਡੇ ਰੂਬਰੂ ਕਰਨ ਜਾ ਰਿਹਾ। ਕਹਾਣੀ ਇੱਕ ਐਸੀ ਕੁੜੀ ਦੀ ਜਿਹਨੂੰ ਇੱਕ ਜ਼ਿੰਦਗੀ ਦੇ ਵਿੱਚ ਦੋ ਪਰਿਵਾਰਾਂ ਦਾ ਪਿਆਰ ਮਿਲਿਆ, ਇਹਨੇ ਦੋ ਪਰਿਵਾਰਾਂ ਨੂੰ ਆਪਣਾ ਪਿਆਰ ਦਿੱਤਾ। ਕਹਾਣੀ ਇੱਕ ਐਸੀ ਹੈ ਜਿਹਨੂੰ ਸੁਣ ਕੇ ਕਈ ਵਾਰ ਇੰਝ ਲੱਗਦਾ ਹੈ ਕਿ ਭਾਵੇਂ ਆਪਾਂ ਬਹੁਤ ਤਰੱਕੀ ਕਰ ਲਈ, ਬਹੁਤ ਚੰਦ ਤੱਕ ਪਹੁੰਚ ਗਏ, ਮੰਗਲ ਤੱਕ ਪਹੁੰਚ ਗਏ, ਪਰ ਜਦੋਂ ਇਹੋ ਜਿਹੀਆਂ ਗੱਲਾਂ ਇਹੋ ਜਿਹੀਆਂ ਕਹਾਣੀਆਂ ਸਮਾਜ ਦੇ ਸਾਹਮਣੇ ਆਉਂਦੀਆਂ ਨੇ ਤਾਂ ਇੰਝ ਲੱਗਦਾ ਕਿ ਹਾਲੇ ਇਨਸਾਨ ਨੇ ਕੁਝ ਨਹੀਂ ਸਿੱਖਿਆ। ਮੈਂ ਇੱਕ ਅੱਜ ਜਿਹੜੀ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ, ਇਸ ਕਹਾਣੀ ਦੇ ਵਿੱਚ ਜਿਹੜਾ ਪਾਤਰ ਹੈ ਉਹ ਇੱਦਾਂ ਦਾ ਕਿ ਉਹਦੀਆਂ ਗੱਲਾਂ ਸੁਣਨ ਤੋਂ ਬਾਅਦ ਇੰਝ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਰੱਬ ਨੇ ਜਿਹੜੇ ਰੱਬ ਦੇ ਰੰਗ ਹੁੰਦੇ ਨੇ ਨਾ, ਆਪਾਂ ਕਹਿੰਦੇ ਹੁੰਦੇ ਕਿ ਉਹਦੇ ਰੰਗਾਂ ਨੂੰ ਉਹੀ ਹੋ ਜਾਣੇ, ਸ਼ਾਇਦ ਉਹ ਰੰਗ ਸਮਝਣ ਦੇ ਵਿੱਚ ਆਪਾਂ ਹਾਲੇ ਬਹੁਤ ਪਿੱਛੇ ਹਾਂ। ਮੇਰੇ ਨਾਲ ਮੇਰੀ ਛੋਟੀ ਭੈਣ ਬੈਠੀ ਹੈ, ਗੁਰਜੋਤ ਨਾਮ ਹੈ, ਗੁਰਜੋਤ ਹੁਣ ਦਾ ਨਾਮ ਹੈ, ਇਸ ਤੋਂ ਪਹਿਲਾਂ ਸੁਮਨ, ਮੈਂ ਸਹੀ ਕਹਿ ਰਿਹਾ ਭੈਣੇ? ਸੁਮਨ ਨਾਮ ਸੀ। ਪਹਿਲਾਂ ਕਿਉਂ ਕਹਿ ਰਿਹਾ ਕਿ ਪਹਿਲਾਂ ਇਸ ਕਰਕੇ ਕਹਿ ਰਹੇ ਕਿ ਪਿਛਲੇ ਜਨਮ ਦੇ ਵਿੱਚ ਤੁਸੀਂ ਸੁਣ ਕੇ ਹੈਰਾਨ ਹੋ ਰਹੇ ਹੋਵੋਗੇ ਕਿ ਭਾਈ ਕੀ ਬੋਲੀ ਜਾਂਦਾ ਐਂਕਰ, ਪਰ ਗੱਲ ਇਹ ਬਿਲਕੁਲ ਸੱਚ ਹੈ। ਗੁਰਜੋਤ ਨਾਲ ਆਪਾਂ ਗੱਲਬਾਤ ਵੀ ਕਰਾਂਗੇ, ਕਿਵੇਂ ਯਾਦ ਆਇਆ, ਕਿਵੇਂ ਇਸ ਪਰਿਵਾਰ ਦੇ ਨਾਲ ਮਿਲੇ, ਕਿਵੇਂ ਪਹਿਲੇ ਪਰਿਵਾਰ ਦੇ ਵਿੱਚ ਹੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਗੁਰਜੋਤ ਸਾਡੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭੈਣੇ, ਕੀ ਹਾਲ ਚਾਲ ਨੇ? ਠੀਕ ਠਾਕ ਹੋ ਜੀ? ਬਹੁਤ ਵਧੀਆ। ਉਹਨਾਂ ਦੇ ਫਾਦਰ ਸਾਹਿਬ ਵੀ ਨੇ ਸਾਡੇ ਨਾਲ। ਫਾਦਰ ਸਾਹਿਬ ਇਹ ਹੁਣ ਜਾਣੀ ਆਪਾਂ ਕਹਿ ਦਈਏ ਕਿ ਪਿਛਲੇ ਜਨਮ ਦੇ ਕਹਿ ਦਈਏ ਕਿ ਹੁਣ ਦੇ ਕੇ ਇਸ ਜਨਮ ਦੇ? ਸੰਧੂ ਸਾਹਿਬ ਬਿਲਕੁਲ ਸਹੀ ਨਾਮ ਲੈ ਰਿਹਾ। ਮੈਂ ਪਹਿਲਾਂ ਭੈਣ ਨਾਲ ਗੱਲ ਕਰਦਾ। ਭੈਣੇ ਹੁਣ ਮੈਨੂੰ ਪਹਿਲਾਂ ਤਾਂ ਆਹ ਤੁਸੀਂ ਮੈਨੂੰ ਫੋਟੋ ਦਿਖਾਓ। ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਕਲੋਜ਼ ਕਰਕੇ ਜ਼ਰੂਰ ਦਿਖਾਣ ਕਿ ਇਹ ਇਹਦਾ ਨਾਮ ਕੀ ਹੈ ਪੁੱਤ, ਤੇ ਕੌਣ? ਮੈਂ ਇਹ ਤੁਸੀਂ ਹੋ? ਹਾਂਜੀ। ਅੱਛਾ, ਇਹ ਫੋਟੋ ਕਦੋਂ ਖਿਚਾਈ ਸੀ? 10ਵੀਂ ਕਲਾਸ ਚ। 10ਵੀਂ ਕਲਾਸ ਚ ਕਿਹੜੇ ਸਟੂਡੀਓ ਤੋਂ? ਯਾਦ ਹੈ? ਨਹੀਂ, ਇਹ ਨਹੀਂ ਯਾਦ ਹੈ। ਫਿਰ ਵੀ ਹੁਣ ਭੈਣੇ ਮੈਨੂੰ ਤਾਂ ਇੱਕ ਗੱਲ ਨਹੀਂ ਗੁੜੀਆ ਸਮਝ ਆ ਰਹੀ ਕਿ ਪਿਛਲੇ ਜਨਮ ਦੇ ਵਿੱਚ ਤੇ ਹੁਣ ਇਹ ਕਹਾਣੀ ਜੀ ਕੋਈ ਸਮਝ ਲੱਗ ਨਹੀਂ ਰਹੀ, ਤੁਸੀਂ ਕਿਵੇਂ ਪਹੁੰਚੇ? ਪਹਿਲਾਂ ਤਾਂ ਤੁਸੀਂ ਇਹ ਦੱਸੋ ਤੁਹਾਨੂੰ ਸਾਰਾ ਕੁਛ ਜਦੋਂ ਯਾਦ ਆਇਆ, ਕਿਹੜੀ ਕੀ ਉਮਰ ਸੀ ਤੁਹਾਡੀ ਉਦੋਂ? ਮੈਂ ਛੋਟੀ ਹੁੰਦੀ ਤੇ ਮੈਨੂੰ ਪਤਾ ਸੀ ਹੁੰਦਾ ਸੀ, ਪਰ ਮੈਂ ਤਾਂ ਬੋਲਿਆ ਨਹੀਂ ਜਾਂਦਾ ਸੀ। ਜਦੋਂ ਮੈਂ ਬੋਲਣ ਲੱਗੀ ਮੈਂ ਆਪਣੇ ਦਾਦਾ ਜੀ ਨੂੰ ਦੱਸਿਆ ਕਿ ਮੇਰਾ ਪਿੰਡ ਅਲਾਲਾ ਹੈ, ਧੂਰੀ ਕੋਲ ਸਾਡੇ ਪਿੰਡ ਦੇ ਕੋਲ ਦੀ ਰੇਲ ਗੱਡੀ ਨਿਕਲਦੀ ਆ। ਮੇਰਾ ਦਾਦਾ ਸਮਝ ਗਿਆ ਕਿ ਰੇਲ ਗੱਡੀ ਦਾ ਲਾਲਾ ਕੋਲ ਦੀ ਨਿਕਲਦੀ ਆ, ਤਾਂ ਫਿਰ ਵੀ ਮੇਰੀ ਕਿਸੇ ਨੇ ਗੱਲ ਨਾ ਮੰਨੀ। ਤੇ ਫਿਰ ਸਾਡੇ ਪਿੰਡ ਪਾਠੀ ਆਏ ਆ, ਮੇਰੀ ਦਾਦੀ ਜੀ ਨੇ ਉਹਨਾਂ ਨੂੰ ਦੱਸਿਆ ਕਿ ਹੈ ਨਾ ਸਾਡੀ ਕੁੜੀ ਐਂ ਬੋਲਦੀ ਆ, ਫਿਰ ਉਹਨਾਂ ਨੇ ਜਾ ਕੇ
ਅਲਾਲਾ ਪਿੰਡ ਅਲੋਸਮੈਂਟ ਕਰਾਈ। ਉਦੋਂ ਮੇਰੇ ਪਾਪਾ ਜੀ ਆਏ, ਫਿਰ ਉਹਨਾਂ ਨੇ ਦੱਸਿਆ, ਫੋਟੋ ਲੈ ਕੇ ਆਏ ਸੀ, ਉਹਨਾਂ ਵਿੱਚ ਫਿਰ ਮੈਂ ਆਪਦੀ ਫੋਟੋ ਪਹਿਚਾਣੀ ਸੀ। ਕਿਹੜੀ ਫੋਟੋ ਲੈ ਕੇ ਆਏ ਸੀ? ਆਹ ਫੋਟੋ ਨਹੀਂ, ਇਹ ਦੂਜੇ ਗੱਤੇ ਵਾਲੀ, ਦੂਜੀ ਸੀ। ਇਹਦੇ ਵਿੱਚੋਂ ਜਿਵੇਂ ਹੁਣ ਜਿਵੇਂ ਆਹ ਦੇਖ ਸਕਦੇ ਹੋ ਤੁਸੀਂ ਕਿ ਚਾਰ ਕੁੜੀਆਂ ਖੜੀਆਂ ਨੇ, ਇਹਨਾਂ ਦੇ ਵਿੱਚੋਂ ਫਿਰ ਤੁਸੀਂ ਕੌਣ ਹੋ? ਸਾਡੀ ਮਾਤਾ ਜੀ ਦਾ ਇੱਕ ਉਹਨਾਂ ਆਚਰਨ ਬਣਿਆ ਹੋਇਆ ਸੀ, ਅਸੀਂ ਹਰ ਸਾਲ ਪਾਠ ਕਰਾਉਣਾ, ਸਾਡੇ ਕੱਲ ਨੂੰ ਵੀ ਭੋਗ ਹੈਗਾ ਪਾਠ ਦਾ। ਸਾਡੇ ਜਿਹੜਾ ਬਾਬਾ ਇੱਥੇ ਪਾਠ ਕਰਦਾ ਹੁੰਦਾ ਸੀ ਉਹ ਅਲਾਣਾ ਪਿੰਡ ਦਾ ਸੀ, ਹਰਨੇਕ ਸਿੰਘ। ਮੇਰੀ ਮਾਤਾ ਨੇ ਉਹਨਾਂ ਨਾਲ ਗੱਲ ਸਾਂਝੀ ਕੀਤੀ ਵੀ ਸਾਡੀ ਕੁੜੀ ਜਾ ਵੀ, ਉਹ ਕਹਿੰਦੀ ਮੇਰਾ ਪਿੰਡ ਲਾਲਾਂਗਾ, ਵੀ ਮੈਂ ਉੱਥੇ ਮਰ ਗਈ ਸੀ। ਫਿਰ ਉਹਨੇ ਜਾ ਕੇ ਅਲੋਸਮੈਂਟ ਕਰਾਈ, ਫਿਰ ਇਹਦਾ ਉੱਥੇ ਵਾਲਾ ਡੈਡੀ ਅਤੇ ਇੱਕ ਉਹਦਾ ਨਾਲ ਫਰੈਂਡ ਸੀ, ਉਹ ਉੱਥੇ ਰੇਲਵੇ ਕਰਾਸਿੰਗ 'ਤੇ ਗੇਟ ਲਾਉਣ ਦਾ ਬੰਦ ਕਰਨ ਦਾ ਕੰਮ ਕਰਦਾ। ਉਹ ਇਹਦੀ ਸਕੂਲ ਦੀ 8ਵੀਂ ਕਲਾਸ ਵਾਲੀ ਫੋਟੋ ਲਿਆ, ਵੱਡੀ ਗਰੁੱਪ ਫੋਟੋ। ਉਹਨਾਂ ਨੇ ਪੁੱਛਿਆ, ਕਹਿੰਦੇ ਕਿਹੜੀ ਹੈ? ਉਹ ਕਹਿੰਦੇ ਇਹ ਹੈਗਾ। ਚਲੋ ਮੈਂ ਵੀ ਗੌਰ ਨਹੀਂ ਕੀਤੀ ਉਹਨੂੰ, ਮੈਨੂੰ ਐਂ ਸੀ ਵੀ ਚੱਲ ਸੁਪਨੇ ਵਗੈਰਾ ਵਾਂਗੂ ਸੋਚਦੀ ਆ। ਫਿਰ ਇਹਨੇ ਮੈਨੂੰ ਇੱਕ ਵਾਰ ਟ੍ਰੇਨ ਦੀ ਗੱਲ ਦੱਸੀ, ਅਸੀਂ ਮੈਂ ਇਹਦੀ ਮੰਮੀ ਮੇਰੇ ਦੋ ਬੱਚੇ ਹੋਰ ਅਸੀਂ ਅਹਿਮਦਗੜ੍ਹ ਉੱਥੇ ਖੜ੍ਹੇ ਸੀ ਫਾਟਕਾਂ 'ਤੇ, ਉੱਥੇ ਟ੍ਰੇਨ ਆਈ ਅਤੇ ਮੈਨੂੰ ਕਹਿੰਦੀ ਵੀ ਇਹਦੇ ਵਿੱਚ ਸੀਟਾਂ ਹੁੰਦੀਆਂ ਨੇ, ਐਂ ਕਰਕੇ ਬੈਠ ਜਾਓ, ਐਂ ਕਰਕੇ ਪੈ ਜਾਓ। ਮੈਂ ਕਿਹਾ ਵੀ ਇਹ ਤਾਂ ਕਦੇ ਵੱਡੇ ਜਵਾਕ ਨੂੰ ਇਹਦੇ ਵਿੱਚ ਚੜ੍ਹੇ ਤਾਂ ਇਹ ਕਿੱਥੇ ਚੜ੍ਹ ਗਈ। ਫਿਰ ਮੈਂ ਪੁੱਛਿਆ ਵੀ ਤੂੰ ਤੈਨੂੰ ਕਿਵੇਂ ਪਤਾ ਗਾ? ਇਹ ਕਹਿੰਦੀ ਵੀ ਮੈਂ ਮੇਰੇ ਡੈਡੀ ਨਾਲ ਜਾਂਦੀ ਸੀ। ਇਹਦਾ ਡੈਡੀ ਆਰਜੀ ਤੌਰ 'ਤੇ ਟ੍ਰੇਨ ਵਾਲਿਆਂ ਨਾਲ ਕੰਮ ਕਰਦਾ ਹੁੰਦਾ ਸੀ। ਹਾਂਜੀ, ਫਿਰ ਇਹਦੇ ਜਦੋਂ ਇਹਦਾ ਡੈਡੀ ਆ ਕੇ ਮੁੜ ਗਿਆ ਸਾਰਾ ਕੁਛ ਪਤਾ ਕਰਕੇ, ਉਦੋਂ ਬਾਅਦ ਇਹਦੇ ਪਿੰਡ ਤੋਂ ਉੱਥੋਂ ਅਲਾਲਾ ਪਿੰਡ ਤੋਂ ਘੱਟੋ ਘੱਟ ਦੋ ਤਿੰਨ ਗੱਡੀਆਂ ਭਰ ਕੇ ਆਈਆਂ, ਔਰ ਬੁੜੀਆਂ ਦੀਆਂ ਬੰਦਿਆਂ ਦੀਆਂ ਕਾਫੀ ਆਏ। ਉਹ ਸਾਰੇ ਮਿਲ ਕੇ ਇਹਨੂੰ ਇਕੱਲੇ ਇਕੱਲੇ ਉਹਨਾਂ ਨੇ ਸਿਆਣਿਆ, ਉਹਨਾਂ ਨੂੰ ਕਹਿੰਦੀ ਆਹ ਮੇਰੀ ਚਾਚੀ, ਆਹ ਮੇਰੀ ਭਾਬੀ, ਆਹ ਮੇਰੀ ਪੱਕੀ ਭਾਬੀ ਆ। ਉੱਥੇ ਇੱਕ ਅਕਾਲੀ ਦਲ ਦਾ ਮੁੰਡਾ ਲੀਡਰ ਹੈਗਾ, ਉਹਦਾ ਵਧੀਆ ਇਹਨਾਂ ਦੇ ਪਰਿਵਾਰ ਨਾਲ ਰਿਲੇਸ਼ਨ ਨੇ, ਉਹਨਾਂ ਦੇ ਵਧੀਆ ਸੰਬੰਧ ਰੱਖਦਾ ਉਹ। ਉਹਨਾਂ ਦਿਓ ਜਿਵੇਂ ਕੋਈ ਦਾਲ ਵਗੈਰਾ ਲੈ ਕੇ ਆਉਂਦੇ ਨੇ, ਕੁਝ ਦੇਖਣ ਲੱਸੀ ਵਗੈਰਾ ਲੈ ਕੇ ਆਉਂਦੀ ਸੀ, ਉਹਦੀ ਘਰਵਾਲੀ ਨੂੰ ਕਹਿੰਦੀ ਵੀ ਇਹ ਮੇਰੇ ਸਾਰਿਆਂ ਨੂੰ ਪੱਕੀ ਭਾਬੀ ਆ, ਉਹ ਨਾਲ ਤਾਂ ਰੋਪੀ ਨਾਲੇ ਇਹਨੂੰ ਚੱਕ ਕੇ ਉਹਨੂੰ ਗੋਦੀ 'ਚ ਲੈ ਲਿਆ ਛੋਟੀ ਜੀ ਨੂੰ। ਫਿਰ ਉਦੋਂ ਬਾਅਦ ਮੈਨੂੰ ਕਹਿ ਕੇ ਗਏ ਵੀ ਤੁਸੀਂ ਉਹਨੂੰ ਨਾਲ ਲੈ ਕੇ ਆਇਓ। ਜਦੋਂ ਮੈਂ ਲੈ ਕੇ ਗਿਆ, ਮੇਰੇ ਪਿੰਡ ਤੋਂ ਥੋੜ੍ਹੀ ਦੂਰ ਇੱਥੇ ਸ਼ੇਰਪੁਰ ਪਿੰਡ ਹੈਗਾ ਕਸਬਾ ਗਾ, ਮੈਨੂੰ ਉੱਥੇ ਆ ਕਹਿੰਦੇ ਵੀ ਕੇਲੇ ਲੈ ਲਾ ਮੇਰੇ ਭਾਈ ਖਾਤਰ। ਮੈਂ ਚੱਲ ਲੈ ਲਾ। ਮੈਂ ਪਰਿਵਾਰ ਜੇ ਆਪਾਂ ਗੱਲ ਕਰੀਏ, ਜਾਣੀ ਪਰਿਵਾਰ ਦੇ ਕਿੰਨੇ ਜੀ ਨੇ, ਕੌਣ ਮੇਰਾ ਭਾਈ ਆ, ਕਿੰਨੇ ਮੇਰੀਆਂ ਭਾਬੀਆਂ, ਸਾਰਾ ਕੁਛ ਯਾਦ ਆ, ਸਾਰੀਆਂ ਨੇ ਡਿਟੇਲ ਉਹ ਸਾਰੇ ਪਿੰਡ ਦੇ ਨੂੰ ਦੱਸਦਾ ਸੀ। ਇੱਥੇ ਜਦੋਂ ਪਿੰਡ ਦੇ ਇਕੱਠੇ ਹੋ ਕੇ ਆਏ ਸੀ, ਤਿੰਨ ਗੱਡੀਆਂ ਲੈ ਕੇ ਆਏ ਸੀ ਭਰ ਕੇ, ਉੱਥੇ ਉਰੇ ਆ ਕੇ ਦੱਸਦਾ ਸੀ। ਅਤੇ ਮੇਰੀ ਸਿਸਟਰ ਇੱਕ ਮਾਨਕੀ ਵੀ ਇਹੀ ਵੀ ਆ, ਸਾਡੇ ਲਾਗੇ ਪਿੰਡ ਆ ਮਾਨਕੀ, ਉੱਥੋਂ ਸਾਡੇ ਪਿੰਡ ਦੀ ਇੱਕ ਸਾਡੀ ਭੂਆ ਲੱਗਦੀ, ਉਹ ਵੀ ਇਹੀ ਵੀ ਆ, ਉਹਦੀ ਕੁੜੀ ਗਾਹਾਂ ਅਲਾਲਾ ਪਿੰਡ ਵੀ ਇਹੀ ਵੀ ਆ, ਸਾਡੀ ਯਾਨੀ ਕਿ ਭੂਆ ਦੀ ਕੁੜੀ ਲਾਲਾਂ ਵੀ ਇਹੀ ਵੀ ਆ। ਉਹਨੂੰ ਜਦੋਂ ਦੱਸਿਆ ਵੀ ਐਂ ਕਰਕੇ ਵੀ ਪੰਜ ਗਰਾਈਆਂ ਕੂਕੇ ਦੇ ਘਰੇ ਵੀ ਕੁੜੀ ਹੋਈ ਆ, ਉਹ ਕਹਿੰਦੀ ਉਹ ਤਾਂ ਮੇਰੇ ਮਾਮੇ ਦਾ ਘਰ ਹੈਗਾ। ਫਿਰ ਉਹ ਨਾਲ ਆਈ ਇੱਥੇ, ਫਿਰ ਹੋਰ ਕਾਫੀ ਬੰਦੇ ਆਉਣ ਲੱਗ ਗਏ। ਇਹਦੇ ਨਾਲ ਕੁੜੀਆਂ ਪੜ੍ਹਦੀਆਂ ਸੀ, ਉਹ ਇੱਥੇ ਪੰਜ ਗਰੀਆਂ ਵਿਆਹੀਆਂ ਗਈਆਂ, ਉਹਦੇ ਦਾਦੇ ਵਗੈਰਾ ਵੀ ਇਹ ਕਿੱਥੇ ਆ ਕੇ ਮਿਲ ਕੇ ਗਏ ਨੇ ਕਾਫੀ। ਫਿਰ ਜਦੋਂ ਮੈਂ ਉੱਥੇ ਲੈ ਕੇ ਗਿਆ, ਜਦੋਂ ਮੂਲੋਵਾਲ ਪਿੰਡ ਦੇ ਮੂਲੋਵਾਲ ਅੱਡੇ ਦੇ ਵਿੱਚੋਂ ਅਲਾਲਾਂ 'ਚ ਐਂਟਰ ਕਰਦੇ ਆ, ਮੈਂ ਉੱਥੇ ਲਿਆ ਕੇ ਚੌਂਕ 'ਚ ਤਾਰਤਾ ਇਹਨੂੰ। ਹਾਂ, ਇਹਨੂੰ ਮੈਂ ਕਿਹਾ ਵੀ ਤੂੰ ਜੇ ਜਾਣਾ ਗਾ ਤੂੰ ਆਪਦਾ ਤੁਰ ਕੇ ਵਗ ਜਾ, ਮੈਂ ਨਹੀਂ ਜਾਣਾ। ਇਹ ਛੋਟੀ ਜਿਹੀ ਸੀ, ਕਿੰਨੀ ਉਮਰ ਹੋ ਗਈ? 5-6 ਸਾਲਾਂ ਦੀ ਸੀ, ਮੇਰਾ ਨਾਮ ਇੰਨੀ ਕੁ ਸੀ। ਹਾਂ, ਇਹ ਆਪੀ ਤੁਰ ਕੇ ਕੇਲੇ ਲੈ ਕੇ ਆਪੀ ਉਹਨਾਂ ਦੇ ਘਰ ਚੱਲ ਗਈ। ਇਹਦੀ ਮੰਮੀ ਜੰਦ ਨੂੰ ਬੈਠੀ ਸੀ, ਉਹਨਾਂ ਨੇ ਜੱਫੀ ਜੁੱਫੀ ਪਾ ਲਈ, ਐਂ ਪਿੱਛੇ ਜਾ ਕੇ ਮੈਂ ਦੇਖੀ ਆ ਸਾਰਾ ਕੁਛ। ਉਹ ਕਹਿੰਦੀ ਤੂੰ ਕੌਣ? ਕਹਿੰਦੀ ਮੈਂ ਸੋਮਾ। ਉਹ ਕਹਿੰਦੀ ਸੋਮਾ ਸਾਡੀ ਮਰ ਗਈ ਸੀ। ਕਹਿੰਦੀ ਨਹੀਂ, ਮੈਂ ਸੋਮਾ ਹੀ ਹਾਂ ਤੇਰੀ। ਚਲੋ ਫਿਰ ਉਹ ਰੋਈ ਵਗੈਰਾ ਇਉਂ ਕਰਕੇ ਉੱਥੇ ਜਾਣੀ ਕਿ ਉਸ ਦਿਨ ਗੋਬਿੰਦ ਸਿੰਘ ਲੌਂਗੋਵਾਲ ਜਿਮਨੀ ਚੋਣ ਜਿੱਤੇ ਸੀ ਧੂਰੀ ਤੋਂ। ਉਹਦੇ ਇਹਨਾਂ ਦੇ ਘਰੇ ਘੱਟੋ ਘੱਟ 250 ਬੰਦੇ ਦਾ ਘੱਟ ਸੀ, ਪੂਰਾ ਬਹੁਤ ਘੱਟ ਸੀ ਜਿਹਨਾਂ ਵੀ ਕਹਿੰਦੇ ਪੂਰਾ ਜ਼ਿਆਦਾ। ਇਹ ਇਕੱਲੇ ਇਕੱਲੇ ਘਰੇ ਗਈ, ਜਿਹਨਾਂ ਦੀ ਟਿਊਸ਼ਨ ਪੜ੍ਹਦੀ ਉਹਨਾਂ ਦੇ ਘਰੇ ਗਈ, ਜਿਹਨਾਂ ਦੇ ਮਾੜਾ ਮੋਟਾ ਕੰਮ ਵਗੈਰਾ ਕਰਾਉਂਦੀ ਉਹਨਾਂ ਦੇ ਨਾਲ ਗਈ। ਹੁਣ ਇਹ ਆਹ ਜਿਹੜੇ ਕੱਪੜੇ ਨੇ ਇਹਦੇ ਆਪਦੇ ਸ਼ੌਂਕ ਪਾਏ ਹੋਏ ਨੇ, ਆਪ ਸ਼ੌਂਕ ਨੇ ਇਹਦੇ। ਇਹਨਾਂ ਨੇ ਆਪ ਪੁੱਤੇ ਤੁਸੀਂ ਆਪ ਸਿਉਂਦੇ ਨੇ ਸਾਰੇ? ਹਾਂਜੀ, ਇਹ ਸਿਲਾਈ ਕਰ ਲੈਂਦੀ ਆ, ਆਹ ਮੰਜੇ ਵਗੈਰਾ ਬੁਣ ਲੈਂਦੀ ਆ, ਪੀੜੀਆਂ ਬੁਣ ਲੈਂਦੀ ਆ, ਸਾਰਾ ਕੁਛ ਆਪ ਕਰਦੀ ਆ ਇਹ। ਕਿੰਨੀ ਉਮਰ ਹੋ? ਹੁਣ ਇਹ 13 ਸਾਲ ਦੀ, 13 ਸਾਲ ਦੀ ਹੋ ਗਈ ਜੀ। 13 ਸਾਲ ਦੀ ਉਮਰ ਹੈ? ਹਾਂਜੀ, 13 ਸਾਲ ਦੀ ਉਮਰ ਦੇ ਵਿੱਚ ਆ ਜਿਵੇਂ ਮੰਜਾ ਵੀ ਬੁਣ ਜਿਵੇਂ। ਅੱਛਾ, ਇਹ ਆਪ ਕਰ ਲੈਂਦੀ ਆ? ਮੈਂ ਕਰਕੇ ਦਿਖਾਇਓ ਫਿਰ। ਇਹਦੇ ਪਿਛਲੇ ਜੋ ਇਹਦਾ ਦਿਮਾਗ ਆ ਉਹ ਪਿਛਲੇ ਹਿਸਾਬ ਨਾਲ ਚੱਲਦਾ ਗਾ। ਇਹ ਹੁਣ ਸਕੂਲ ਦੇ ਵਿੱਚੋਂ ਪਹਿਲੀ ਦੂਜੀ ਤੀਜੀ ਅੱਕਣ ਪੁਜੀਸ਼ਨਾਂ ਤੇ ਆਉਂਦੀ ਆ ਇਹ। ਇਹਦਾ ਰੈਗੂਲਰ ਯਾਨੀ ਕਿ ਪੂਰੀ ਪੜ੍ਹਾਈ ਨੂੰ ਪੂਰੀ ਵਧੀਆ ਗਈ। ਇਹ ਆ ਮੇਰਾ ਭਰਾ ਗਾ, ਇਹਦੇ ਬੱਚੇ ਨੇ, ਉਹਨਾਂ ਨੂੰ ਟਿਊਸ਼ਨ ਪੜ੍ਹਾਉਂਦੀ ਆ, 9ਵੀਂ 10ਵੀਂ ਉਹਨੇ ਟਿਊਸ਼ਨ ਪੜ੍ਹਾਉਂਦੀ ਹੈਗੀ। 9ਵੀਂ 10ਵੀਂ ਵਾਲਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਆ, ਆਪਦੇ ਭਰਾਵਾਂ ਨੂੰ, ਦੂਜਿਆਂ ਨੂੰ, ਵੱਡੇ ਨੂੰ। ਮੇਰਾ ਭਰਾ ਗਾ, ਇਹਦੇ ਬੱਚਿਆਂ ਨੂੰ ਇਹ ਟਿਊਸ਼ਨ ਪੜ੍ਹਾਉਂਦੀ ਹੈ। ਜਿਵੇਂ ਤੁਸੀਂ ਦਰਸ਼ਕੋ ਦੇਖ ਸਕਦੇ ਹੋ ਕਿ ਸਿਲਾਈ ਦੇ ਵਿੱਚ ਹੱਥ ਤਾਂ ਵਾਹਵਾ ਹੀ ਟਿਕਿਆ ਹੋਇਆ,
पर मैनू एक गल फिर तुहानू पिछले जन्म का की याद है, जिवें जे आपां गल करिए कि जिवें पिछले जन्म दे विच मौत किदां याद है, कि किवें होई सी, की गल होई सी? ਉਦੋਂ ਮੇਰੀ ਕਾਪੀ ਡਿੱਗ ਗਈ ਸੀ ਮੇਰੀ ਫਰੈਂਡ ਦੀ, ਮਤਲਬ ਕਿ ਮੈਂ ਅੱਗੇ ਚੱਕਣ ਚਲੀ ਗਈ, ਉਦੋਂ ਮੇਰਾ ਸੈਂਡਲ ਨਿਕਲ ਗਿਆ, ਉਦੋਂ ਮੇਰੇ ਉੱਤੋਂ ਦੀ ਬੱਸ ਨਿਕਲ ਗਈ ਸੀ, ਬੱਸ ਵਾਲੇ ਨੇ ਮੈਨੂੰ ਦੇਖਿਆ ਨਹੀਂ, ਬੱਸ ਵਾਲੇ ਨੇ ਤੁਹਾਨੂੰ ਦੇਖਿਆ? ਹਾਂਜੀ, ਇਹ ਬੈਠ ਕੇ ਸੈਂਡਲ ਪਾਉਣ ਲੱਗ ਗਈ, ਜਦੋਂ ਸੈਂਡਲ ਪਾਉਣ ਲੱਗੀ ਉੱਥੇ ਨਾ ਥੋੜ੍ਹਾ ਜਿਹਾ, ਜਦੋਂ ਆਪਾਂ ਅਲਾਲਾ ਪਿੰਡ ਤੋਂ ਮੂਲਵਾਲ ਸਕੂਲ ਨੂੰ ਜਾਂਦੇ ਹਾਂ, ਜਿਹੜਾ ਸਰਕਾਰੀ ਸਕੂਲ ਆ ਮੂਲਵਾਲ ਦਾ, ਜਦੋਂ ਸਕੂਲ ਨੂੰ ਜਾਂਦੇ ਹਾਂ ਤਾਂ ਪਿੰਡੋਂ ਬਾਹਰ ਨਿਕਲ ਕੇ ਥੋੜ੍ਹਾ ਜਿਹਾ ਟੇਪਰ ਮੋੜ ਆ, ਥੋੜ੍ਹਾ ਜਿਹਾ ਬੱਸ ਲੇਟ ਸੀ, ਤੜਕੇ 8-9 ਵਜੇ ਦਾ ਟਾਈਮ ਸੀ ਜੀ, ਲੇਟ ਸੀ ਬੱਸ, ਥੋੜ੍ਹੀ ਬੱਸ ਤੇਜ਼ ਸੀ, ਉਹ ਕਿਤੇ ਆਪਣੀ ਗਲਾਸ ਵਿੱਚ ਗੱਲਾਂ ਕਰਨ ਲੱਗ ਗਿਆ, ਇਹ ਬੈਠੀ ਸੈਂਡਲ ਪਾਉਂਦੀ ਸੀ ਆਪਦਾ, ਇਹਦੇ ਉੱਪਰ ਦੀ ਬੱਸ ਲੰਘ ਗਈ, ਫਿਰ ਉਸ ਤੋਂ ਬਾਅਦ ਇਹ ਧੂਰੀ ਜਾ ਕੇ ਡੈਥ ਹੋ ਗਈ ਹੋਸਪਿਟਲ 'ਚ। ਕਿਹੜੇ ਕਿਹੜੇ ਸੰਨ ਦੀ ਗੱਲ ਆ ਤੁਹਾਨੂੰ ਯਾਦ ਹੈ ਕਿ ਜਦੋਂ ਇਹਨਾਂ ਦੀ ਡੈਥ ਹੋਈ, ਕਿਹੜੇ ਸੰਨ ਦੀ ਗੱਲ ਆ ਤੁਹਾਨੂੰ ਯਾਦ ਹੈ? ਸੰਨ ਯਾਦ ਹੈ ਇਹਨੂੰ, ਇਹਦੀ ਹੁਣ 13 ਸਾਲ ਦੀ ਉਮਰ ਹੋ ਗਈ ਜੀ, ਉਦੋਂ 2 ਸਾਲ ਪਹਿਲਾਂ ਦੀ ਗੱਲ ਸੀ, 15 ਸਾਲ ਹੋ ਗਏ ਜੀ, 15 ਸਾਲ ਹੋ ਗਏ। ਹਾਂ, 15 ਸਾਲ ਦੇ, ਫਿਰ ਜੇ ਆਪਾਂ ਮੰਨ ਕੇ ਚੱਲੀਏ ਜੇ ਇਹਨਾਂ ਦਾ ਜਨਮ ਫਿਰ 2 ਸਾਲ ਬਾਅਦ ਦੁਬਾਰਾ ਫਿਰ ਹੋਇਆ। ਹਾਂ ਜੀ, ਹਾਂ, 2 ਸਾਲ ਬਾਅਦ ਹੋਇਆ ਜੀ, ਹੁਣ ਇਹ ਛੇ ਸੱਤ ਪੰਜ ਛੇ ਸਾਲਾਂ ਦੀ ਸੀ ਇਹ, ਜਦੋਂ ਇਹਨੇ ਦੱਸਣ ਲੱਗ ਗਏ, ਇਹਨੂੰ ਪੂਰਾ ਪਤਾ ਲੱਗ ਗਿਆ, ਬੋਲਣ ਲੱਗ ਗਈ, ਫਿਰ ਅਸੀਂ ਉੱਥੇ ਲੈ ਕੇ ਗਏ ਮੈਂ ਜੀ ਉਹਨੂੰ। ਭੈਣੇ ਜਦੋਂ ਤੁਹਾਨੂੰ ਯਾਦ ਆਉਣਾ ਸ਼ੁਰੂ ਹੋਇਆ, ਮਤਲਬ ਤੁਸੀਂ ਫਿਰ ਕੀ ਦੇਖਦੇ ਹੁੰਦੇ ਸੀਗੇ, ਕਿੱਦਾਂ ਕਿ ਜਦੋਂ ਜਿਵੇਂ ਹੁਣ ਤੁਸੀਂ ਉਹਨਾਂ ਨੂੰ ਦੇਖਦੇ ਹੋਵੋਗੇ, ਤੁਹਾਨੂੰ ਤਾਂ ਆਪਣੇ ਪਿਛਲੇ ਮਾਂ ਬਾਪ ਜਿਵੇਂ ਪਿਛਲੇ ਜਨਮ 'ਚ ਸੀ ਉਹ ਯਾਦ ਆਉਂਦੇ ਹੋਣਗੇ, ਫਿਰ ਤੁਸੀਂ ਕਿਵੇਂ ਦੇਖਦੇ ਹੁੰਦੇ ਸੀ ਉਹਨਾਂ ਨੂੰ ਕਿ ਮੈਂ ਇਹਨਾਂ ਨੂੰ ਦੱਸਾਂ? ਨਹੀਂ ਜੀ, ਫਿਰ ਮੈਨੂੰ, ਮੈਂ ਜਾਂਦੀ ਹੁੰਦੀ ਸੀ, ਪਹਿਲਾਂ ਮੇਰੇ ਉੱਧਰ ਤਿਉਹ ਹੁੰਦਾ ਸੀ, ਪਰ ਹੁਣ ਮੈਂ ਇੱਧਰ ਰਹਿਣ ਲੱਗ ਗਈ, ਹੁਣ ਮੇਰਾ ਉੱਧਰ ਤਿਉਹ ਨਹੀਂ ਰਿਹਾ ਇੰਨਾ, ਹੁਣ ਉੱਧਰ ਨਹੀਂ ਰਿਹਾ। ਹਾਂਜੀ, ਪਹਿਲਾਂ ਮੇਰਾ ਉੱਧਰ ਜੀ ਕਰਦਾ ਸੀ ਕਿ ਉੱਥੇ ਹੀ ਰਵਾਂ, ਕਿ ਹੁਣ ਮੇਰਾ ਇੱਧਰ ਹੋ ਗਿਆ। ਹਾਂਜੀ, ਇਹਦੀ ਇਹਦਾ ਭਰਾ ਸੀ ਇੱਕ, ਉਹਦੀ ਡੈਥ ਹੋ ਗਈ ਸੀ, ਉਹਦੇ ਬਾਲ ਵਗੈਰਾ ਲੱਗੀ ਸੀ ਤੇ ਕ੍ਰਿਕਟ ਦੀ, ਉਹਦੀ ਡੈਥ ਹੋ ਗਈ ਸੀ, ਬਾਅਦ 'ਚ ਇਹ ਮਰ ਗਈ, ਹੁਣ ਇਹਦਾ ਇੱਕ ਭਰਾ ਰਹਿ ਗਿਆ ਸੀ, ਇੱਕ ਮੰਮੀ ਇੱਕ ਡੈਡੀ, ਹੁਣ ਜਿਹੜੀ ਦੀ ਮਾਤਾ ਗਈ ਉਹ ਕਾਫੀ ਬਿਰਧ ਆ ਗਈ, ਉਹ ਇਹਨਾਂ ਦੇ ਘਰ ਦੇ ਨਾਲ ਇੱਕ ਨਾ 7 ਤੋਂ ਥੋੜ੍ਹਾ ਨੀਵਾਂ ਕਰਕੇ ਫੋਟੋਆਂ ਲਾਈਆਂ ਹੋਈਆਂ ਸੀ, ਇਹਦੇ ਕੋਲ ਇੱਕ ਘੜੀ ਸੀ, ਇਹਦਾ ਭਰਾ ਇਹਨੂੰ ਬੰਨ੍ਹ ਨਹੀਂ ਦਿੰਦਾ ਸੀ, ਉਹ ਇਹਨੇ ਘੜੀ ਉਹ ਫੋਟੋ ਦੇ ਪਿੱਛੇ ਰੱਖ ਦਿੱਤੀ। ਅੱਛਾ, ਇਹ ਤੁਹਾਨੂੰ ਯਾਦ ਹੈ ਜਦੋਂ ਘੜੀ ਕਹਿੰਦੇ, ਫਿਰ ਤੁਸੀਂ ਆਪ ਚੱਕੀ ਜਾ ਕੇ ਉੱਥੋਂ? ਹਾਂਜੀ, ਕਿਵੇਂ? ਬਸ ਮੈਂ ਆਪਦੀ ਮੰਮਾ ਜੀ ਤੋਂ ਪੁੱਛਿਆ ਕਿ ਮੰਮਾ ਮੇਰੀ ਘੜੀ ਕਿੱਥੇ ਆ, ਮੰਮਾ ਕਹਿੰਦੇ ਕਿ ਮੈਨੂੰ ਤਾਂ ਪਤਾ ਨਹੀਂ, ਤੂੰ ਜਿੱਥੇ ਰੱਖੀ ਹੋਣੀ ਉੱਥੇ ਪਈ ਹੋਣੀ ਆ, ਮੇਰੀ ਆ ਫੋਟੋ ਸੀ ਉਹ 10ਵੀਂ ਵਾਲੀ ਉੱਧਰ ਲਈ, ਆ ਫੋਟੋ ਜੀ ਇਹਦੇ ਪਿੱਛੇ ਧਰੀ ਹੋਈ ਸੀ, ਪਰ ਮੈਂ ਜਾ ਕੇ ਚੱਕ ਲਈ ਘੜੀ। ਅੱਛਾ, ਇਹ ਘੜੀ ਫਿਰ ਤੁਸੀਂ ਜਾ ਕੇ ਚੱਕ ਲਈ, ਇਹ ਸਿਰਫ ਜਾਣੀ ਤੁਹਾਨੂੰ ਤੁਸੀਂ ਰੱਖੀ ਹੋਈ ਸੀਗੀ, ਇਹ ਕਦੋਂ ਰੱਖੀ ਸੀ? ਜਦੋਂ ਪਿਛਲੇ ਉਹ 'ਚ ਸੀ? ਹਾਂਜੀ, ਪਿਛਲੇ ਜਨਮ 'ਚ। ਕਈ ਵਾਰ ਇੱਦਾਂ ਹੋ ਜਾਂਦਾ ਭਾਜੀ, ਮੈਨੂੰ ਸਮਝ ਤੋਂ ਬਾਹਰ ਹੋਈ ਪਈ ਆ ਗੱਲ ਕਿ ਇਹ ਕਿਵੇਂ ਪੋਸੀਬਲ ਹੈ। ਪਹਿਲਾਂ ਮੈਂ ਵੀ ਯਕੀਨ ਨਹੀਂ ਕਰਦਾ ਸੀ, ਮੈਨੂੰ ਇੱਦਾਂ ਸੀ ਵੀ ਇਹਨੂੰ ਕੋਈ ਸੁਪਨਾ ਵਗੈਰਾ ਆਇਆ ਗਾ ਵੀ ਇਹ ਤਾਂ ਕਰਕੇ ਦੱਸ ਰਹੀ ਹੈ ਜੀ। ਫਿਰ ਜਦੋਂ ਪਰਿਵਾਰ ਉੱਥੋਂ ਆਇਆ, ਜਿਹੜੀ ਉਹ ਤੁਹਾਨੂੰ ਮੈਂ ਦੱਸਿਆ ਗਿਆ ਇੱਕ ਅਕਾਲੀ ਲੀਡਰ ਆ ਮੁੰਡਾ, ਉਹਦੇ ਘਰ ਸਕੂਲ ਨੂੰ ਜਾਣ ਲੱਗੀ ਡੋਲੂ ਰੱਖ ਕੇ ਗਈ ਸੀ ਵੀ ਮੇਰਾ ਲੱਸੀ ਪਾ ਕੇ ਰੱਖ ਦਿਓ ਵੀ ਮੈਂ ਸਕੂਲ ਨੂੰ ਆ ਕੇ ਲੱਸੀ ਲੈ ਕੇ ਜਾਊਂਗੀ। ਜਿਸ ਦਿਨ ਡੈਥ ਹੋਣੀ ਆ, ਡੈਥ ਹੋਣੀ, ਜਦੋਂ ਉਹ ਇੱਥੇ ਆਏ ਸੀ, ਇਕੱਲੀ ਉਹ ਨਹੀਂ ਆਈ ਸੀ, ਕਾਫੀ ਪਿੰਡ ਦੇ ਉਹ ਲੋਕ ਸੀ ਨਾਲ, ਇਹਨੇ ਉਹ ਤੋਂ ਡੋਲੂ ਮੰਗਿਆ, ਉਹ ਕਹਿੰਦੀ ਤੇਰਾ ਮੰਮੀ ਲੈ ਗਈ ਡੋਲੂ ਤਾਂ, ਕਹਿੰਦੀ ਇਹਨੇ ਉੱਥੇ ਇੱਥੇ ਕਿਹਾ ਸਾਰੇ ਪਿੰਡ ਦੇ ਸਾਹਮਣੇ, ਕਹਿੰਦੀ ਭਾਬੀ ਮੇਰਾ ਡੋਲੂ ਤੁਹਾਡੇ ਘਰੇ ਪਿਆ, ਕਹਿੰਦੀ ਉਹ ਤੇਰੀ ਮੰਮੀ ਲੈ ਗਈ ਸੀ। ਜਿਸ ਦਿਨ ਡੈਥ ਹੋਈ ਹੈ, ਯਾਨੀ ਤੁਹਾਨੂੰ ਇਹ ਵੀ ਯਾਦ ਸੀਗਾ ਕਿ ਮੈਂ ਉਸ ਦਿਨ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਡੋਲੂ ਰੱਖ ਕੇ ਗਈ ਹਾਂ? ਭਾਜੀ ਮੈਂ ਤਾਂ, ਤੁਸੀਂ ਜਦੋਂ ਇਹ ਹੁਣ ਜਿਵੇਂ ਮੈਂ ਇਹਨਾਂ ਦੀਆਂ ਗੱਲਾਂ ਸੁਣ ਰਿਹਾ, ਤੁਹਾਡੀਆਂ ਗੱਲਾਂ ਸੁਣ ਰਿਹਾ, ਮੈਨੂੰ ਜਿੰਨੀ ਹੈਰਾਨੀ ਹੋਈ ਜਾ ਰਹੀ ਹੈ ਕਿ ਇਹ ਕਿੱਦਾਂ ਕੁਦਰਤ ਦੇ ਰੰਗ ਨੇ, ਕਿੱਦਾਂ ਕੁਦਰਤ ਦੀ ਖੇਡ ਆ, ਇਹ ਸਮਝ ਤੋਂ ਬਾਹਰ ਹੋਈ ਪਈ ਆ ਗੱਲ। ਇੱਕ ਨਾ ਇਹ ਨਾ ਤਾਂ ਇਕੱਲੇ ਸਾਡੇ ਤੱਕ ਸੀਮਤ ਆ ਗਈ, ਨਾ ਉਹ ਇਹਦੇ ਪਿਛਲੇ ਡੈਡੀ ਹੋਣਾ ਤੱਕ ਸੀਮਤ ਆ, ਇਹਨਾਂ ਦੇ ਸਾਰੇ ਪਿੰਡ ਨੂੰ ਪਿਛਲੇ ਨੂੰ ਪਤਾ ਗਾ ਜੀ, ਇੱਥੇ ਵੀ ਪਤਾ ਗਾ, ਇੱਥੋਂ ਤੱਕ ਕਿ ਜਦੋਂ ਗੱਲਾਂ ਹੋਣ ਲੱਗੀਆਂ, ਮੇਰਾ ਭਰਾ ਗਾ ਇਹ ਬੱਸਾਂ 'ਚ ਕਨੈਕਟਰੀ ਕਰਦਾ ਗਾ, ਅਤੇ ਉਹ ਜੋ ਧੂਰੀ ਬੱਸ ਵਾਲਿਆਂ ਦੀ ਬੱਸ 'ਤੇ ਲਿਆ ਕੇ ਮਰੀ ਸੀ, ਆਮ ਡਰਾਈਵਰਾਂ ਨੂੰ ਵੀ ਇਹ ਗੱਲ ਦਾ ਪਤਾ ਗਾ ਵੀ ਉਹ ਹਾਂ ਉਹ ਕੁੜੀ ਨੇ ਜਨਮ ਉੱਥੇ ਲਿਆ ਜਿਹੜੀ ਮਰੀ ਸੀ ਉੱਥੋਂ। ਇਹ 'ਚ ਐਂ ਨਹੀਂ ਹੈਗਾ ਵੀ ਕੋਈ, ਕਿਉਂ ਹੁਣ ਕਈ ਕਾਫੀ ਜਿਵੇਂ ਪਹਿਲਾਂ ਇੱਕ ਚੈਨਲ ਆਇਆ ਸੀ ਸਾਡੇ ਕੋਲ, ਹੋਰ ਰਕਮ ਸਟੋਰੀ ਕਰਕੇ ਲੈ ਗਏ ਸੀ, ਉਹ ਲੋਕਾਂ ਦੇ ਫੋਨ ਆਉਣ ਲੱਗ ਗਏ, ਫਿਰ ਮੈਂ ਉਹਦੇ ਪਰ ਨੰਬਰ ਦਿੱਤਾ ਬਾਈ ਮੇਰੇ ਨਾਲ ਗੱਲ ਕਰੋ, ਠੀਕ ਹੈ ਨਾ, ਕਿਉਂ ਅੱਜ ਕੱਲ੍ਹ ਇੱਕ ਨਾ ਵੀ ਜਿਹੜਾ ਐਂਡਰਾਇਡ ਫੋਨ ਚਲਾਉਂਦਾ 1500 ਰੁਪਏ ਦਾ ਉਹ ਬਦਵਾਨ ਹੈਗਾ, ਉਹਨੂੰ ਸਮਝਾਉਣਾ ਬਹੁਤ ਔਖਾ ਗਾ, ਠੀਕ ਹੈ ਨਾ, ਉਹ ਲੱਗ ਜਾਂਦੇ ਨੇ ਬਹੁਤ ਤਰ੍ਹਾਂ ਦੀ ਮਾਰਨ, ਪਰ ਮੈਂ ਵੀ ਇਹ ਗੱਲ ਨੂੰ ਮੰਨਦਾ ਨਹੀਂ ਸੀ, ਪਰ ਜਦੋਂ ਇਹਨੇ ਗੱਲਾਂ ਕੀਤੀਆਂ ਸਾਨੂੰ ਪਤਾ ਲੱਗਿਆ, ਫਿਰ ਸਾਨੂੰ ਵਿਸ਼ਵਾਸ ਹੋਇਆ ਵੀ ਹਾਂ ਇਹ ਗੱਲ ਹੋ ਸਕਦੀ ਬਾਕੀ। ਗੁਰਜੋਤ, ਹੁਣ ਕਿਵੇਂ ਦਾ ਲੱਗਦਾ ਹੈ, ਪਹਿਲਾਂ ਵਾਲੇ ਅਤੇ ਹੁਣ ਵਾਲੇ ਸਮੇਂ ਨੂੰ ਜਦੋਂ ਦੇਖਦੇ? ਚਲੋ ਤੁਹਾਡੀ ਡੈਥ ਹੋਈ, ਫਿਰ ਤੁਸੀਂ 2 ਸਾਲ ਬਾਅਦ ਦੁਬਾਰਾ ਜਨਮ ਲਿਆ, ਫਿਰ ਉਹ ਸਮੇਂ ਤੇ ਹੁਣ ਦੇ ਸਮੇਂ 'ਚ ਤਾਂ ਬਹੁਤ ਫਰਕ ਪੈ ਗਿਆ ਹੋਊਗਾ, ਹੁਣ ਕਿਵੇਂ ਦੇਖਦੇ ਹੋ ਤੁਸੀਂ? ਕੁਛ ਨਹੀਂ, ਸਾਰਾ ਕੁਛ ਸਾਡੇ ਉਵੇਂ ਹੀ ਆ, ਕੋਈ ਚੀਜ਼ ਬਦਲੀ ਨਹੀਂ ਹੈਗੀ, ਬਸ ਸਾਰੀ ਚੀਜ਼ ਉਵੇਂ ਹੀ ਆ, ਸਾਡਾ ਪੂਰਾ ਪਿੰਡ ਸਾਰਾ ਉਵੇਂ ਆ। ਜਦੋਂ ਤੁਸੀਂ ਆਪਣੀ ਮਾਂ ਨੂੰ ਜਾ ਕੇ ਜੱਫੀ ਪਾਈ ਸੀ ਜਦੋਂ ਝਾੜੂ ਲਾ ਰਹੇ ਸੀਗੇ, ਤੁਹਾਨੂੰ ਸੀਗੀ ਉਮੀਦ ਕਿ ਮੈਨੂੰ ਪਛਾਣ ਲੈਣਗੇ?
ਉਵੇਂ ਮੇਰਾ ਚਿਹਰਾ ਤਾਂ ਨਹੀਂ ਸੀ ਪਰ ਮੈਂ ਪਹਿਲਾਂ ਉਹਦੀ ਮੰਮਾ ਤੇ ਸੀ ਹੁਣ ਮੈਂ ਉਹਦੇ ਪਾਪਾ ਤੇ ਹਾਂ ਉਦੋਂ ਫਿਰ ਮੈਂ ਚਿਹਰਾ ਬਦਲ ਗਿਆ ਸੀ ਪਰ ਮੇਰੀ ਮੰਮੀ ਮੰਮੀ ਸੀ ਸਗਨ ਹਾਂਜੀ ਤੁਹਾਨੂੰ ਇੱਕ ਹੋਰ ਦੱਸਦਾ ਜੀ ਇਹਦੇ ਨਾ ਉਹ ਜਦੋਂ ਇਹ ਪਹਿਲਾ ਜਨਮ ਸੀ ਇਹਦੇ ਗਲਾਸ ਮਾਰੇ ਸੀ ਸਿਰ ਚ ਇੱਥੇ ਇਹਦੇ ਅਜੇ ਵੀ ਦਾਗ ਆਵੇ ਵਿੱਚ ਅੱਛਾ ਦਾਗ ਹਾਰੇ ਹਾਂਜੀ ਹੈ ਜੀ ਭਾਜੀ ਹੁਣ ਜਿਵੇਂ ਤੁਸੀਂ ਇਹ ਗੱਲਾਂ ਜਦੋਂ ਹੁਣ ਤੁਸੀਂ ਧੀ ਕੰਨੀ ਦੇਖਦੇ ਹੋ ਤਾਂ ਕੀ ਲੱਗਦਾ ਹੁਣ ਕਿਉਂਕਿ ਪਹਿਲਾਂ ਤਾਂ ਚਲੋ ਬੱਚੇ ਦਾ ਜਦੋਂ ਜਨਮ ਹੁੰਦਾ ਤਾਂ ਬੜਾ ਪਿਆਰ ਹੁੰਦਾ ਹੈ ਬੜਾ ਉਹ ਚਲੋ ਪਿਆਰ ਤਾਂ ਚਲੋ ਹੁਣ ਵੀ ਹੋਣਾ ਪਰ ਫਿਰ ਵੀ ਹੁਣ ਕਿਵੇਂ ਦੇਖਦੇ ਹੋ ਨਜ਼ਰੀਏ ਨਾਲ ਕਿ ਯਾਰ ਇਹ ਦੁਬਾਰਾ ਜਨਮ ਲਿਆ ਜਿਵੇਂ ਇਹ ਦੱਸ ਰਹੇ ਨੇ ਕਿ ਫਿਰ ਉਸ ਪਰਿਵਾਰ ਨਾਲ ਵੀ ਇਹਨਾਂ ਦਾ ਮੋਹ ਆ ਕਿ ਉਹ ਜਿਵੇਂ ਤੁਹਾਡੇ ਵਾਸਤੇ ਤਾਂ ਉਹ ਬਿਲਕੁਲ ਅਣਜਾਣ ਸੀ ਤੁਸੀਂ ਤਾਂ ਉਹਨਾਂ ਨੂੰ ਜਾਣਦੇ ਨਹੀਂ ਸੀ ਇਹ ਜਾਣਦੇ ਸੀ ਇਹ ਜਾਣਦੇ ਸੀਗੇ ਤੇ ਉਹਨਾਂ ਨਾਲ ਤੁਹਾਡੀ ਸਾਂਝ ਪਈ ਆ ਹੁਣ ਵਾਰਤਾਲਾਪ ਹੁੰਦੀ ਰਹਿੰਦੀ ਆ ਉਹਨਾਂ ਨਾਲ ਇਹ ਗੱਲ ਕਰਦੇ ਨੇ ਜਦੋਂ ਆਏ ਸੀ ਜੀ ਉਹ ਭਾਵਕ ਜੀ ਹੋ ਗਏ ਤੇ ਮੇਰੀ ਮਾਤਾ ਔਰ ਮੇਰਾ ਡੈਡੀ ਕਹਿੰਦੇ ਉਹਨਾਂ ਕਹਿੰਦੇ ਕੋਈ ਗੱਲ ਨਹੀਂ ਜਦੋਂ ਤੁਸੀਂ ਮਰਜ਼ੀ ਆਓ ਤੁਹਾਡੀ ਕੁੜੀ ਆਏ ਹੁਣ ਜਾਂਦੀ ਉੱਥੇ ਵਿਆਹ ਕੇ ਹੁੰਦੇ ਜੀ ਹਾਂ ਦੋ ਚਾਰ ਚਾਰ ਦਿਨ ਹੁੰਦੇ ਇਹਦੀਆਂ ਜਿਹੜੀਆਂ ਫਰੈਂਡਾਂ ਨੇ ਨਾਲੀਆਂ ਆਹ ਫੋਟੋਆਂ ਕੁੜੀਆਂ ਨਾਲ ਇਹਨਾਂ ਦੀ ਮੈਰਿਜ ਹੋਈ ਇਹਨੇ ਜਾ ਕੇ ਜੀ ਮੈਰਿਜਾਂ ਤੇ ਜੀ ਪੂਰੇ ਵੀ ਆ ਕੇ ਗਏ ਨੇ ਇਹਨਾਂ ਦਾ ਕੀ ਨਾਮ ਹੈ ਤੁਹਾਨੂੰ ਯਾਦ ਹਾਂਜੀ ਪਾਲੇ ਇਹ ਪਾਲੇ ਆ ਹਾਂਜੀ ਮੇਰੇ ਸਨ ਵਧੀਆ ਫਰੈਂਡ ਸੀ ਇਹਨਾਂ ਦੇ ਵਿਆਹ ਤੇ ਮੈਂ ਜਾ ਕੇ ਵੀ ਆਈ ਆ ਅੱਛਾ ਇਹਨਾਂ ਦੇ ਵਿਆਹ ਤੇ ਹਾਂਜੀ ਤੇ ਆ ਦੁਨੀਆਂ ਦੇ ਕੀ ਨਾਮ ਨੇ ਜਿਨ੍ਹਾਂ ਦੇ ਮੇਰੇ ਤੋਂ ਪਹਿਲਾਂ ਵਿਆਹ ਹੋ ਗਏ ਹੁਣ ਮੈਂ ਇਹਨਾਂ ਨੂੰ ਮਿਲੀ ਨਹੀਂ ਮੈਨੂੰ ਨਾਮ ਵੀ ਨਹੀਂ ਯਾਦ ਹੈ ਅੱਛਾ ਪੂਰੇ ਵੀ ਇੱਕ ਕੁੜੀ ਵਿਆਹੀ ਵੀ ਆਏ ਉਰੇ ਸਾਡੇ ਪਿੰਡ ਵਿਆਹੀ ਵੀ ਆ ਕੁੜੀ ਉੱਥੋਂ ਉਹ ਇੱਥੇ ਵਿਆਹੀ ਵੀ ਉਹਦਾ ਦਾਦਾ ਆਇਆ ਸੀ ਇੱਥੇ ਪੂਰੇ ਉਹ ਵੀ ਮਿਲ ਕੇ ਗਿਆ ਸੀ ਉਹ ਇਹ ਜਾਣਦੀ ਵੀ ਹਾਂ ਉਹ ਕੁੜੀ ਮੇਰੇ ਤੇ ਜਿਹੜੀ ਉਰੇ ਆ ਗਈ ਹਾਂ ਉਹ ਬਹੂ ਕਰਕੇ ਕੋ ਨਵੀਂ ਇੱਥੇ ਬਹੂ ਆ ਉਹ ਤੇ ਉਹਦਾ ਜਾਣਾ ਉਹਨਾਂ ਨੇ ਹੈਗਾ ਇੱਧਰ ਸਾਡੇ ਕੋਲ ਲੇਕਿਨ ਉਹਦਾ ਇੱਥੇ ਮੈਰਿਜ ਹੋਈ ਵਿੱਚ ਸਾਡੇ ਪਿੰਡ ਵਿੱਚ ਹਾਂਜੀ ਆਖਰੀ ਸਵਾਲ ਰਹੂਗਾ ਕਿੰਨੀ ਕੁ ਹੈਰਾਨੀ ਹੁੰਦੀ ਹੈ ਜਦੋਂ ਇਦਾਂ ਦੇ ਉਦੋਂ ਬਹੁਤ ਅਚੰਭਾ ਹੋਇਆ ਸੀ ਜੀ ਵੀ ਐਂ ਹੋ ਗਿਆ ਠੀਕ ਹੈ ਨਾ ਹੁਣ ਤਾਂ ਪਹਿਲਾਂ ਅਸੀਂ ਗੱਲਾਂ ਸੁਣਦੇ ਹੁੰਦੇ ਸੀ ਸਾਡੇ ਪਿੰਡ ਵੀ ਪਹਿਲਾਂ ਇੱਕ ਕੇਸ ਹੋਇਆ ਸੀ ਇੱਥੇ ਇਹ ਸਾਡੇ ਪਿੰਡ ਹੀ ਜੰਮਿਆ ਸੀ ਮੁੰਡਾ ਇੱਥੇ ਹੀ ਡੈਥ ਹੋਈ ਸਾਡੇ ਪਿੰਡ ਹੀ ਡੈਥ ਹੋਈ ਸੀ ਉਹਦੀ ਸਾਡੇ ਪਿੰਡ 'ਚ ਡੈਥ ਹੋ ਕੇ ਸਾਡੇ ਪਿੰਡ ਹੀ ਜੰਮਿਆ ਸੀ ਬੰਦਾ ਟਰੈਕਟਰ ਪਲਟ ਕੇ ਮਰ ਗਿਆ ਸੀ ਉਹ ਸਾਡੇ ਪਿੰਡ ਜਨਮ ਹੋਇਆ ਸੀ ਉਹਦਾ ਉਹ ਇੱਥੇ ਆਇਆ ਸੀ ਅਸੀਂ ਕਿਹਾ ਵੀ ਉਦੋਂ ਅਸੀਂ ਗੱਲਾਂ ਸੁਣਦੇ ਸੀ ਜਦੋਂ ਸਾਡੇ ਨਾਲ ਹੋਇਆ ਇਹ ਗੱਲਬਾਤ ਤਾਂ ਫਿਰ ਅਸੀਂ ਸਾਨੂੰ ਵਿਸ਼ਵਾਸ ਹੋ ਵੀ ਹਾਂ ਇਸ ਤਰ੍ਹਾਂ ਹੁੰਦਾ ਹੈਗਾ ਜੀ ਹਾਂਜੀ ਮੈਂ ਚਲੋ ਸਵਾਲ ਤਾਂ ਜਿਵੇਂ ਮਰਜ਼ੀ ਆ ਪਰ ਹੈਗਾ ਜਿਵੇਂ ਕਹਿੰਦੇ ਹੁੰਦੇ ਕਿ ਟੈਕਨੀਕਲ ਜਿਹਾ ਸਵਾਲ ਨਹੀਂ ਹੁੰਦਾ ਜਿਵੇਂ ਬਹੁਤ ਵਿਦਵਾਨ ਜਿਵੇਂ ਤੁਸੀਂ ਕਿਹਾ ਹੈ ਕਿ ਫੋਨਾਂ ਦੇ ਵਿੱਚ ਬੜੇ ਵਿਦਵਾਨ ਨੇ ਸਵਾਲ ਚਲੋ ਮੈਂ ਪੁੱਛਣਾ ਇਸ ਕਰਕੇ ਜਾ ਰਿਹਾ ਕਿ ਜਦੋਂ ਡੈਥ ਹੋਈ ਫਿਰ ਉਸ ਤੋਂ ਬਾਅਦ ਤੁਹਾਨੂੰ ਕੁਛ ਯਾਦ ਹੈਗਾ ਉਸ ਸਮੇਂ ਦਾ ਕਿ ਹਾਂ ਉਸ 2 ਸਾਲ ਦੇ ਵਿੱਚ ਜਦੋਂ ਜਨਮ ਨਹੀਂ ਹੋਇਆ ਸੀ ਕੁਛ ਹੈ ਕੁਛ ਧੁੰਦਲਾ ਮਸਲਾ ਯਾਦ ਕਿ ਕੀ ਹੋਇਆ ਹੋਊਗਾ ਉਦੋਂ ਕਿ ਜਦੋਂ ਤੁਹਾਨੂੰ ਅਸਲ 'ਚ ਯਾਦ ਕਦੋਂ ਆਇਆ ਸੀਗਾ ਕਿ ਇਹ ਪਰਿਵਾਰ ਮੇਰਾ ਨਹੀਂ ਹੈਗਾ ਮੈਂ ਤਾਂ ਜੀ ਜਨਮ ਲੈਤਾ ਉਦੋਂ ਤਾਂ ਮੈਨੂੰ ਕੁਛ ਵੀ ਜਾਦੂ ਨਹੀਂ ਸੀ ਮਤਲਬ ਕਿ ਦੀਂਦਾ ਨਹੀਂ ਸੀ ਇੰਨਾ ਮਤਲਬ ਕਿ ਜਦੋਂ ਮੈਂ ਵੱਡੀ ਹੋਈ ਫਿਰ ਮੈਨੂੰ ਪਤਾ ਲੱਗਿਆ ਕਿ ਮੈਂ ਮੰਮੀ ਪਾਪਾ ਇਹਨਾਂ ਨੂੰ ਕਹੀ ਜਾਂਦੀ ਸੀ ਫਿਰ ਮੈਨੂੰ ਯਾਦ ਆਇਆ ਕਿ ਮੇਰੇ ਮੰਮੀ ਪਾਪਾ ਦਾ ਚਿਹਰਾ ਤਾਂ ਆਸ ਮੇਰੇ ਦਿਮਾਗ 'ਚ ਦੌੜੀ ਜਾਂਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਜਿਵੇਂ ਸਮਾਂ ਦਿੱਤਾ ਮੈਂ ਤਾਂ ਹੁਣ ਇਹੀ ਕਹੂੰਗਾ ਕਿ ਤੁਹਾਡੀ ਹੁਣ ਚੰਗੀ ਸਿਹਤ ਹੋਵੇ ਲੰਬੀਆਂ ਉਮਰਾਂ ਬਖਸ਼ੋ ਬਖਸ਼ਣ ਤੁਹਾਨੂੰ ਪਰਮਾਤਮਾ ਚੰਗੀ ਸਿਹਤ ਰਹੇ ਤੁਹਾਡੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਵੀ ਆਪਣਾ ਸਮਾਂ ਦਿੱਤਾ ਜਿਵੇਂ ਕਿ ਦਰਸ਼ਕੋ ਗੱਲ ਇੱਦਾਂ ਆ ਜਾਂਦੀ ਹੈ ਕਿ ਪਤਾ ਨਹੀਂ ਕੁਦਰਤ ਦੇ ਰੰਗ ਉਸ ਪਰਮਾਤਮਾ ਦੇ ਰੰਗ ਕੀ ਨੇ ਇਸ ਦੁਨੀਆਂ ਦੇ ਉੱਤੇ ਕਈ ਵਾਰ ਇਨਸਾਨ ਸਭ ਕੁਝ ਆਪਣੇ ਆਪ ਨੂੰ ਹਾਸਲ ਕਰਨ ਵਾਲਾ ਦੱਸਣ ਲੱਗ ਜਾਂਦਾ ਪਰ ਜਦੋਂ ਇੱਦਾਂ ਦੀਆਂ ਕਹਾਣੀਆਂ ਜਾਂ ਇਹੋ ਜਿਹੇ ਇੰਸੀਡੈਂਟ ਆਪਣੇ ਸਾਹਮਣੇ ਆਉਂਦੇ ਨੇ ਤਾਂ ਇੱਕ ਵਾਰ ਸੋਚਣ 'ਤੇ ਮਜਬੂਰ ਜ਼ਰੂਰ ਹੋ ਜਾਂਦਾ ਇਨਸਾਨ ਤਾਂ ਇਹ ਸੀ ਸਾਡੇ ਕਿਤਾਬ ਦੇ ਪੰਨੇ ਦੀ ਪਹਿਲੀ ਕਹਾਣੀ ਐਸੀਆਂ ਹੋਰ ਕਹਾਣੀਆਂ ਇਸ ਕੋਰੇ ਕਾਗਜ਼ ਦੇ ਉੱਤੇ ਅਸੀਂ ਲਿਖਦੇ ਰਹਾਂਗੇ ਤੁਹਾਡੇ ਰੂਬਰੂ ਕਰਦੇ ਰਹਾਂਗੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਅਤੇ ਲਾਈਕ ਕਰਨਾ ਨਾ ਭੁੱਲੋ ਤਦ ਤੱਕ ਲਈ ਮੈਨੂੰ ਜਾਣੀ ਹਰਵਿੰਦਰ ਖੰਨਾ ਤੋਂ ਜ਼ਿਆਦਾ ਧੰਨਵਾਦ।